ਹੁਣ ਰੁੱਖ ਕਰ ਦਿਆ ਮੋਗਾ ਵੱਲ। ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦ ਜਲਾਲਪੁਰ ਵਿੱਚ ਉਸ ਸਮੇਂ ਸੰਨਾਟਾ ਛਾ ਗਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਸਰਕਾਰੀ ਅਸੌਲਟ AK-47 ਨਾਲ ਆਪਣੀ ਪਤਨੀ ਸਮੇਤ ਸਹੁਰਾ ਪਰਿਵਾਰ ਦੇ 4 ਜੀਆਂ ਦੀ ਹੱਤਿਆ ਕਰ ਦਿੱਤੀ। ਦੱਸਦੀਏ ਕਿ ਕੁਲਵਿੰਦਰ ਸਿੰਘ ਦਾ ਇਹ ਪੁਲਿਸ ਮੁਲਾਜ਼ਮ ਮੋਗਾ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸੀ। ਪੁਲਿਸ ਦਾ ਕਹਿਣਾ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਹੀ ਕੁਲਵਿੰਦਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੱਸਦੀਏ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੁਲਵਿੰਦਰ ਸਿੰਘ ਆਪਣੇ ਆਪ ਹੀ ਥਾਣਾ ਧਰਮਕੋਟ ਵਿਖੇ ਪੇਸ਼ ਹੋ ਗਏ ਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇੱਥੇ ਮੇਰੀਆਂ ਡੈਥ ਹੋਈਆਂ ਜੀ 4, ਮੇਰੀਆਂ ਮਾਤਾ ਜੀ, ਬ੍ਰਦਰ, ਭਰਜਾਈ, ਇੱਕ ਸਿਸਟਰ ਮੇਰੀ। ਬਸ ਝਗੜਾ ਹੀ ਪ੍ਰਾਹੁਣੇ ਨਾਲ ਹੀ ਸੀ ਮੇਰੀਆਂ, ਝਗੜਾ ਪ੍ਰਾਹੁਣਾ ਹੀ ਮੇਰੀਆਂ। ਦੂਜਾ ਵੀ ਮੇਰੀਆਂ ਰਾਤ ਕਿਤੇ ਝਗੜਾ ਝੁਗੜਿਆ ਮੇਰੀਆਂ, ਸਾਨੂੰ ਪਹਿਲਾਂ ਥਾਣੇ ਮੇਰੀਆਂ ਮੁਲਾਜ਼ਮ ਸੱਦ ਕੇ ਇਹਨੂੰ ਲੈ ਗਏ ਸੀ ਅਤੇ ਬਾਅਦ 'ਚ ਆ ਗਿਆ ਸਵੇਰੇ 6 ਵਜੇ ਕਹਿੰਦੇ ਆਇਆ ਅਤੇ ਫਾਇਰਿੰਗ ਹੀ ਕਰਦੇ ਆਇਆ ਅਤੇ ਮੇਰੀਆਂ ਹਾਣ ਕੇ ਸੁੱਤਿਆਂ ਮੈਂ ਇਹਨੂੰ ਫਾਇਰ ਮਾਰਤੇ ਜੀ। ਪਤਾ ਨਹੀਂ ਕਹਿੰਦੇ ਸੀ ਮੇਰੀਆਂ ਵੀ ਕੋਈ ਅਸਲਾ ਹੀ ਸੀ ਮੇਰੀਆਂ। ਮੈਂ ਤਾਂ ਧਰਮਕੋਟ ਰਹਿੰਦਾ ਜੀ, ਧਰਮਕੋਟ ਤੋਂ ਆਇਆ ਮੈਂ, ਬਾਅਦ 'ਚ ਆਇਆ ਜੀ। ਪਤਾ ਨਹੀਂ ਜੀ ਫਾਇਰਾਂ ਦਾ ਪਤਾ ਨਹੀਂ ਕਿੰਨੇ ਕੀਤੇ ਜੀ। ਹਾਂਜੀ ਹਾਂਜੀ ਉਹ ਪੰਜਾਬ ਪੁਲਿਸ ਜੀ। ਕਿਹੜੀ ਜਗ੍ਹਾ ਤੈਨਾਤ ਸੀ? ਮੋਗੇ ਜੀ। ਮੋਗੇ ਤੈਨਾਤ? ਹਾਂਜੀ ਮੋਗੇ ਜੀ। ਕਹਿ ਨਹੀਂ ਸਕਦੇ, ਪਤਾ ਨਹੀਂ ਇੱਕ ਸੀ ਕਿ ਦੋ ਸੀ ਅਸਲੇ, ਪਤਾ ਨਹੀਂ ਜੀ। ਪਹਿਲਾਂ ਵੀ ਹਾਂ ਕੁਛ ਆਪਸੀ ਮੇਰੀਆਂ ਜਦੋਂ ਦਾਰੂ ਦੂਰੂ ਪੀ ਲੈਂਦਾ ਸੀ, ਹੁਣ ਤਾਂ 6 ਸਾਲ ਹੋ ਗਏ ਸੀ ਵੀ ਅਮਰ ਸ਼ਾਹ ਕਲਿਆ ਸੀ ਅਤੇ ਉਦੋਂ ਪਹਿਲਾਂ ਵੀ ਮੇਰੀਆਂ ਦੂਜਾ ਆਪਣੇ ਝਗੜਾ ਝੁਗੜਾ ਜਦੋਂ ਦਾਰੂ ਪੀ ਲੈਂਦਾ ਸੀ, ਸ਼ਰਾਬ ਮਾੜੀ ਸੀ, ਦਾਰੂ ਪੀ ਕੇ ਖਰਾਬ ਕਰ ਦਿੰਦਾ ਸੀ। ਹਾਂਜੀ ਉਦੋਂ ਵੀ ਹੋਇਆ ਸੀ ਇਹਨੇ ਦੂਜਾ ਫਾਇਰ ਕਰਤੇ ਸੀ ਘਰੇ ਲਿਆ ਕੇ 1-47 ਦੇ 2014 ਚ ਜੀ। ਕੰਪਲੇਂਟ ਕੀਤੀ ਹੈਗੀ ਆ ਪੁਲਿਸ ਨੂੰ, ਫੜ ਕੇ ਲੈ ਗਈ ਸੀ ਜੀ? ਹਾਂਜੀ ਲੈ ਗਏ ਸੀ, ਆਪਣੇ ਬ੍ਰਦਰ ਹੀ ਦੱਸਦੇ ਸੀ, ਮੇਰੀਆਂ ਛੋਟੇ ਬ੍ਰਦਰ ਨੇ ਦੱਸਿਆ ਸੀ ਉਹ। ਹੁਣ ਮੈਂ ਉੱਥੇ ਹਸਪਤਾਲ ਗਏ ਸੀ। ਹਾਂਜੀ ਪਤਾ ਨਹੀਂ ਹੁਣ ਕਿੱਥੇ ਜੀ। ਚਾਰ ਜਣੇ ਦੀ ਹੋਈ ਜੀ। ਕੋਈ ਪਹਿਲਾਂ ਵੀ ਲੜਾਈ ਝਗੜਾ ਕਰੇ ਰਹਿੰਦਾ ਸੀਗਾ ਜੀ? ਨਹੀਂ ਕੋਈ ਲੜਾਈ ਝਗੜੇ ਵਾਲੀ ਪਹਿਲਾਂ ਕੋਈ ਗੱਲ ਨਹੀਂ। ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਆ ਜਿਹੜਾ ਪੋਸਟਡ ਸੀਗਾ ਡਿਸਟ੍ਰਿਕਟ ਮੋਗੇ 'ਚ, ਉਹਦੇ ਇਨਲੋਸ ਦੇ ਨਾਲ ਉਹਦਾ ਕੋਈ ਝਗੜਾ ਸੀਗਾ ਪੈਸਿਆਂ ਦਾ, ਕੋਈ ਪਿਗਰੀ ਵਗੈਰਾ ਇਹਨਾਂ ਨੇ ਖੋਲ੍ਹਿਆ ਸੀਗਾ। ਸੋ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਕਰਕੇ ਉਹਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਅਤੇ ਬਾਅਦ 'ਚ ਆਪਣੇ ਆਪ ਹੀ ਉਹ ਥਾਣੇ ਧਰਮਕੋਟ ਜਿਹੜਾ ਉਹ ਜਾ ਕੇ ਪੇਸ਼ ਹੋ ਗਿਆ, ਸਰੈਂਡਰ ਕਰ ਗਿਆ। ਸਰ ਕੌਣ ਸੇ ਵੈਪਨ ਸੇ ਗੋਲੀ ਚਲਾਈ? AK-47। ਸਰ ਉਹ AK-47 ਕਿੱਥੋਂ ਆਈ ਹੋਈ? AK-47 ਕੋਤਾਂ 'ਚੋਂ ਸਰਕਾਰੀ ਮੁਲਾਜ਼ਮ ਸੀਗਾ, ਉੱਥੋਂ ਅਲੋਟ ਹੋਈ ਸੀਗੀ, ਉਸ ਕਰਕੇ ਉਹਨਾਂ ਚਲਾ ਦਿੱਤਾ। ਇਸਦੀ ਆਪਣੀ ਸੀਗੀ, ਇਹਨੂੰ ਅਲੋਟ ਹੋਈ ਸੀਗੀ? ਇਹਦੇ ਨਾਂ 'ਤੇ ਸੀਗੀ। ਕਿਸੇ ਨਾਂ 'ਤੇ ਸੀਗਾ? ਸਰ ਹੋਰ ਕੀ ਝਗੜਾ ਕੀ ਸੀ? ਕੋਈ ਪਿਗਰੀ ਵੈਸੇ ਸੂਰਾਂ ਦਾ ਕੋਈ ਇਹਨਾਂ ਨੇ ਫਾਰਮ ਵਗੈਰਾ ਖੋਲ੍ਹਿਆ ਸੀਗਾ, ਜੋ ਪਤਾ ਲੱਗਾ ਵੀ ਉਹਦੇ ਕੋਲ ਪੈਸਿਆਂ ਦਾ ਹਿਸਾਬ ਦਾ ਚੱਕਰ ਸੀਗਾ, ਇਸ ਕਰਕੇ ਉਹਨੇ ਜਿਹੜਾ ਹੈਗਾ ਇਹਨਾਂ ਤੋਂ
ਮਤਲਬ ਜਿਹੜਾ ਹਿਸਾਬ ਨਹੀਂ ਸੀ ਦਿੰਦੇ ਉਸ ਤਹਿਸ ਚ ਆ ਕੇ ਇਹਨੇ ਵਾਰਦਾਤ ਕੀਤੀ। ਸਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਕੋ ਕੰਪਲੇਂਟ ਦੀ ਗਈ ਸੀ, ਇਹ ਪਹਿਲੇ ਵੀ ਐਸੇ ਲੜਾਈ ਝਗੜਾ ਕਰਤਾ ਦਾ, ਪੁਲਿਸ ਨੇ ਕੱਲ ਪਕੜਾ ਵੀ ਦਾ ਇਸ ਚੀਜ਼ ਨੂੰ ਅਸੀਂ ਡੰਗਾਈ ਨਾਲ ਵੈਰੀਫਾਈ ਕਰਾਂਗੇ, ਵੀ ਵਿਲ ਬ੍ਰਿੰਗ ਐਵਰੀਥਿੰਗ ਔਨ ਰਿਕਾਰਡ। ਸਰ ਪਹਿਲੇ ਵੀ ਇਸਨੇ ਗੋਲੀਆਂ ਚਲਾਈਆਂ AK-47 ਦੇ ਘਰ ਤੋਂ 2014, ਫਿਰ ਵੀ ਕਿਉਂ ਇਸਕੋ ਐਸੇ ਸਪੇਅਰ ਕੀਆ ਗਿਆ? ਸਰ ਨਹੀਂ, ਉਹਦਾ ਤਾਂ ਕੇਸ ਰਜਿਸਟਰ ਹੈਗਾ ਹੀ ਆ, ਜਿਹੜੇ ਕਿਸੇ ਨੇ ਕ੍ਰਾਈਮ ਕੀਤਾ ਉਹਦਾ ਤਾਂ ਐਕਸ਼ਨ ਲਿਆ ਗਿਆ, 4-5 ਸਾਲ ਪੁਰਾਣੀ ਗੱਲ ਆ। ਸਰ ਕੱਲ ਵੀ ਪਕੜਾਇਆ ਗਿਆ ਤਾਂ ਫਿਰ ਛੋੜ ਦਿਆ ਗਿਆ? ਕਿਨੂੰ? ਅਸੀਂ ਦੇਖ ਲੈਂਦੇ ਇਹਦੇ 'ਚ, ਮੈਂ ਤਾਂ ਅੱਜ ਹੀ ਆਇਆ ਜੁਆਇਨ ਕੀਤਾ, ਮੈਂ ਦੇਖ ਲੈਂਦਾ ਕੀ ਹੈਗਾ ਸੀਗਾ, ਤੇ ਜੇ ਕਿਸੇ ਨੇ ਗਲਤ ਕੀਤਾ ਹੋਵੇ ਵਿਲ ਟੇਕ ਐਕਸ਼ਨ। ਹੁਣ ਆਪ ਹੀ ਸਰੈਂਡਰ ਕਰਤਾ ਜੀ? ਹੁਣ ਇਹਨੇ ਆਪ ਹੀ ਕੀਤਾ ਜੀ।